ਕੇ ਤੁਸੀਂ ਲਗੇ ਫਿਰਦੇ ਹੋ, ਅਗਰ ਕੋਈ ਮਸਲਾ ਹੋ ਜਾਏ ਤਾਂ ਕਿਸ ਤਰ੍ਹਾਂ ਤੁਸੀਂ ਹੈਂਡਲ ਕਰਦੇ ਹੋ? ਨਹੀਂ ਹਮਾਰੇ ਸਾਥ ਮੁਲਾਜ਼ਮ ਆ ਰਹੇ ਜੀ, ਆਪਾਂ ਮੈਂ ਜ਼ਿਆਦਾ ਤੁਹਾਨੂੰ ਮਾਰਦੇ ਨਹੀਂ ਜੀ, ਨਹੀਂ ਇਹਦੇ ਰਫਰ 'ਚ ਆ ਕੋਈ ਆਦਮੀ ਜਾਣਾ ਉਹ ਗਲੇ ਫੜ ਜਾਂਦੇ ਆਈ ਉਹਦਾ ਆਪ ਉਸਕੋ ਕਰੇਂਗੇ, ਇਹ ਲੜਾਈ ਹੋ ਜਾਂਦੀ ਹੈ ਲੜਾਈ ਹੋ ਜਾਂਦੀ ਤੁਸੀਂ ਸ਼ਾਲਾ ਮੈਂ ਉਸਕੋ ਕਵਰ ਕਰੇਂਗੇ ਕਿਉਂਕਿ ਮੁਲਾਜ਼ਮ ਸਾਥ ਹਮਾਰੇ ਪਾਸ ਸਟਿੱਕੇ ਵੀ ਹੈ ਅਸਲਾ ਵੀ ਹੈ ਸਭ ਕੁਛ ਫੋਨ ਵੀ ਨਹੀਂ ਹੈ ਆਪਕੇ ਪਾਸ ਮੋਬਾਈਲ ਵੀ ਨਹੀਂ ਹੈ ਬੰਦੂਕ ਵੀ ਨਹੀਂ ਹੈ ਜਿਹੜੇ ਤੋਂ ਲੋਕ ਉਹ ਫੋਨ ਮੋਬਾਈਲ ਵਗੈਰਾ ਉਹ ਸਟਿੱਕ ਜੋ ਜਿਹੜੇ ਉਹ ਜੇ ਮੈਂ ਆਸਣ ਵਾਲਾ ਕੇ ਪਾਸ ਹੋਤੇ ਪਾਸ ਕੰਟਰੋਲ ਹੋ ਅੰਦਾਜ਼ਾ ਉਹ ਕਹਿੰਦੇ ਨੇ ਕਿ ਤੁਹਾਨੂੰ ਕਿੰਨਾ ਸੱਠ ਆ ਚੌਥਾ ਸਾਲ ਹੈ ਤੇ ਤੁਸੀਂ ਹੋਰ ਵੀ ਕਿਸੇ ਉਸ ਦੇ ਉੱਤੇ ਜਾਂਦੇ? ਨਹੀਂ ਵੈਸੇ ਤੁਸੀਂ ਹੋਰ ਇੱਥੇ? ਹਾਂਜੀ ਹਾਂਜੀ ਜਾਂਦੇ 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 ਲਾਹੌਰ ਦੇ ਹਰ ਸ਼ਹਿਰ ਦੇ ਜਿੰਨੇ ਵੀ ਆਏ ਨਾ ਸਾਡੇ ਦਰਬਾਰ ਸਿਟੀ ਦੇ ਉਹ ਸਾਰਿਆਂ ਦੇ ਇੱਕ ਦਿਨ ਦੋ ਦਿਨ ਤਿੰਨ ਦਿਨ ਵਾਸਤੇ ਹਾਜ਼ਰੀ ਦਿੰਦੇ ਨੇ ਬਾਬਾ ਜੀ ਸਰਕਾਰ। ਅੱਛਾ ਹਾਂਜੀ ਹਾਂਜੀ ਬੋਰਡ ਦੇ ਥੱਲੇ ਦੇਖਿਆ ਆਇਆ।
ਇਸ ਵਾਸਤੇ ਆਉਂਦੇ ਨੇ ਕਿ ਸਰਕਾਰ ਦਾ ਇਹ ਇੱਕ ਬਹਾਨਾ ਜਿਹੜਾ ਨਾ ਉਸ ਦੀ ਤਰੀਕ ਰੱਖੀ ਗਈ ਹੈ ਉਹਦੇ ਮੁਤਾਬਕ ਸਰਕਾਰ ਦੀ ਸ਼ਾਦੀ ਵਾਸਤੇ ਉਹਦੇ ਸਾਰੇ ਲੋਕ ਆਉਂਦੇ ਨੇ ਉਹ ਜੋ ਵੀ ਫਕਰਾਤ ਹੈ ਨਾ ਸਾਰੀ ਉਹ ਸ਼ਾਦੀ ਵਾਸਤੇ ਆਉਂਦੇ ਸਰਕਾਰ ਦੀ ਸ਼ਾਦੀ ਇੱਕ ਉਹਨਾਂ ਦੀ ਆਪਣੀ ਇੱਕ ਜ਼ਬਾਨ ਦੇ ਵਿੱਚ ਫਕਰਾਤ ਦੀ ਜ਼ਬਾਨ ਦੇ ਵਿੱਚ ਸ਼ਾਦੀ ਆ ਉਹਨਾਂ ਦੀ ਖੁਸ਼ੀ ਵਾਸਤੇ ਨਹੀਂ ਲੇਕਿਨ ਲੋਕ ਜਿਹੜੇ ਸੰਦ ਹੈ ਜਿਹੜੇ ਸਾਰੇ ਲੋਕ ਇਹ ਲੋਕੀ ਕੋ ਮੰਨਤਾ ਮੰਨੀ ਅੱਛਾ ਉਹ ਮੰਨਤਾ ਲਾਉਣ ਆ ਗਿਆ ਉਹ ਧਮਾਲ ਪਾਉਣ ਲੱਗ ਪਿਆ ਕੋਈ ਚਿਰਾਗ ਬਾਲਣ ਦਾ ਕੋਈ ਮੋਮਬੱਤੀਆਂ ਬਾਲਣ ਦਿਆ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਕੋਈ ਚਾਦਰਾਂ ਚੜ੍ਹਾ ਰਿਹਾ ਕੋਈ ਸਰਕਾਰ ਦੇ ਸਿਹਰੇ ਚੜ੍ਹਾ ਰਿਹਾ ਕੋਈ ਸਰਕਾਰ ਦੇ ਮਤਲਬ ਉਹ ਇਸ ਤਰ੍ਹਾਂ ਮਾਨੀ ਜਿਹੜੇ ਸਾਰੇ ਇਕੱਠੇ ਹੋ ਜਾਂਦੇ ਨੇ ਅਤੇ ਉਹ ਇੱਕ ਦਿਨ ਜਿਹੜਾ ਮਕਾਰਾ ਵਾ ਸਰਕਾਰ ਵਾਸਤੇ ਅਤੇ ਇਸ ਦਿਨ ਤੋਂ ਸਾਰੇ ਲੋਕਾਂ ਨੂੰ ਪਤਾ ਕਿ ਸਰਕਾਰ ਦੀ ਸ਼ਾਦੀ ਵੱਧ ਰਹੇ ਨੇ ਘੱਟ ਨਹੀਂ ਰਹੇ ਵੱਧ ਰਹੇ ਨੇ ਨਹੀਂ ਹੁਣ ਜ਼ਿਆਦਾ ਨਹੀਂ ਚਾਦਰ ਪੇਸ਼ ਕਰਾਂਗੇ ਜਾਂ ਸਰਕਾਰ ਦੇ ਸਿਹਰੇ ਪੇਸ਼ ਕਰਾਂਗੇ ਬਗੈਰ ਬੁਲਾਉਣ ਦੇ ਵਿੱਚ ਕੋਈ ਵੀ ਵੜਨ ਨਹੀਂ ਤਾਕਤ ਹੈਗੀ ਹੈ ਤੇ ਬਗੈਰ ਆਪਣੇ ਹੁਕਮ ਤੋਂ ਇਹ ਕਿਸੇ ਨੂੰ ਨਜ਼ਦੀਕ ਵੀ ਨਹੀਂ ਆਉਂਦੀ ਇੰਨੀ ਬਿਠਾ ਦੀ ਰੱਬ ਨੂੰ ਮਨਾਇਆ ਲੈ ਕੇ ਉਹਨਾਂ ਨੂੰ ਥੋੜ੍ਹੀ ਦੇਰ ਦੇ ਅਸੀਂ ਮਨਾਇਆ ਸੀ ਬੈਣਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਇੱਥੇ ਮਿਲਦੀ ਬੁਲਾਉਂਦੇ ਨਹੀਂ ਤੇ ਆਉਂਦੇ ਨੇ ਲੈ ਤੁਹਾਨੂੰ ਵੀ ਬੁਲਾਇਆ ਕਿ ਐਵੇਂ ਨਹੀਂ ਆਏ ਨਾ ਜੋ ਬਾਤ ਹੋ ਰਹੀ ਹੈ ਉਹਨਾਂ ਦੇ ਹੁਕਮ ਨਾਲ ਹੋ ਰਹੀ ਹੈ ਬਗੈਰ ਉਹਨਾਂ ਦੇ ਹੁਕਮ ਤੋਂ ਬਾਤ ਨਹੀਂ ਹੋ ਰਹੀ ਬਹੁਤ ਪਾਵਰ ਹੈ ਉਹਨਾਂ ਦੇ ਉਹਨਾਂ ਦੀ ਇੰਨੀ ਤਾਂ ਪਾਵਰ ਹੈ ਰੱਬ ਨੂੰ ਜੋ ਪੈਰ ਨੂੰ ਮਨਾ ਲੈਂਦੇ ਨੇ ਹਾਂਜੀ ਜ਼ਿਆਦਾ ਉਰਸ ਹੋ ਰਹੇ ਨੇ ਉਹ ਸ਼ਾਨੋ ਸ਼ੌਕਤ ਨਾਲ ਲੋਕ ਮਨਾ ਰਹੇ ਹਾਂਜੀ ਜ਼ਿਆਦਾ ਹੋ ਰਹੇ ਉਹ ਸ਼ਾਨੋ ਸ਼ੌਕਤ ਨਾਲ ਮਨਾ ਰਹੇ ਸਾਡਾ ਕੋਈ ਖਾਣ ਪੀਣ ਨਹੀਂ ਅਸੀਂ ਕਿਸੇ ਨੂੰ ਅਸੀਂ ਕਿਸੇ ਕੋਲੋਂ ਕੁਛ ਮੰਗਦੇ ਨਹੀਂ ਗੇ ਸਰਕਾਰ ਆਪ ਖੁਦ ਕੋਈ ਨਾ ਕੋਈ ਮਤਲਬ ਜ਼ਰੀਆ ਸਬੱਬ ਵਸੀਲਾ ਜਿਹੜੇ ਮਰੀਜ਼ ਹੈ ਨਮਾਨੀ ਜਿਹੜੇ ਨੇ ਉਹ ਕੁਛ ਲਈ ਆਉਂਦੇ ਨੇ ਆਜ਼ਾ ਇੱਥੇ ਬਹਿ ਕੇ ਤਕਸੀਮ ਕਰ ਰਹੇ ਬਣ ਰਹੇ ਖਾ ਰਹੇ ਨੇ ਮਾਲਕ ਨੇ ਤੇਰੀ ਬੂਈ ਕੀਤੀ ਤੂੰ ਲੰਗਰ ਲਿਆਂਦਾ ਲੰਗਰ ਲਿਆ ਕੇ ਤੂੰ ਤਕਸੀਮ ਕਰ ਮਾਲਕ ਦੇ ਅੱਗੇ ਦੁਆ ਅੱਛਾ ਤੁਸੀਂ ਦੱਸੋ ਕਿ ਇਹ ਜਿਹੜੀਆਂ ਮੰਤਾਂ ਵਗੈਰਾ ਮੰਗਦੇ ਹੁਣ ਮਤਲਬ ਤੇਰੀ ਸ਼ਾਦੀ ਹੋਈ ਹੈ ਔਲਾਦ ਨਹੀਂ ਹੈ ਤੂੰ ਆਇਆ ਬਾਬਾ ਜੀ ਦੁਆ ਕਰੋ ਮੇਰੀ ਔਲਾਦ ਹੋ ਗਿਆ ਅਸੀਂ ਨਾ ਹੁਸੈਨ ਦੇ ਅੱਗੇ ਦੁਆ ਕਰ ਰਹੀ ਹੈ ਮੇਰੇ ਮਾਲਕ ਤੇਰੇ ਕੋਲ ਬੱਚਾ ਆਇਆ ਇਹਨੇ ਸਾਡੇ ਅੱਗੇ ਦਰਖਾਸਤ ਕੀਤੀ ਹੈ ਸਾਡੀ ਦਰਖਾਸਤ ਤੁਹਾਡੇ ਅੱਗੇ ਤੁਹਾਡੀ ਅੱਲਾ ਵੀ ਤੁਸੀਂ ਸਾਰਾ ਮਹੀਨਾ ਨੌਕਰੀ ਕਰਦੇ ਜੇ ਸਾਨੂੰ ਪੈਸੇ ਨਾ ਮਿਲ ਤੁਸੀਂ ਨੌਕਰੀ ਨਹੀਂ ਕਰਨੀ ਤੇ ਜੇ ਇਹਨਾਂ ਦੀ ਮੰਦਾ ਪੂਰੀ ਨਾ ਹੋਵੇ ਕਦੋਂ ਆਉਣਗੇ ਮੁੜ ਕੇ ਹਾਂਜੀ ਇਹ ਬਾਤ ਅੱਜ ਤੋਂ 10 ਸਾਲ ਬਾਅਦ ਜ਼ਿਆਦਾ ਹੋਣਗੇ ਕਾਮਲੇ ਬਲੀ ਦੀ ਬਲੀ ਦਾ ਬਹੁਤ ਉੱਪਰ ਔਰ ਇਨਸ਼ਾਅੱਲਾ ਉਹ ਗਿਆ ਤੋਂ ਲੈ ਕੇ ਹੁਣ ਤੱਕ ਰੁਪਈਆ ਉਹ ਘਟਿਆ ਨਹੀਂ ਵਧਿਆ ਹੋਰ ਵਧੇ ਨਹੀਂ ਇਨਸ਼ਾਅੱਲਾ ਲੋਕ ਇਹ ਜਿਹੜੇ ਲੋਕ ਨੇ
सारे लोग मानते सब कुछ सारा काम करते हैं किसी के पास सारे अमल करते हैं बगैर अमल तो नहीं कोई भी सारे पांच उंगल बराबर नहीं है कुछ चंद लोग हो गए नहीं तो अमल करते हैं और सरकार उन्होंने बनाते जो अमल ना कर सरकार बना नहीं सकती शादी मनाई गई है और पिछले साल ना ज्यादा धूमधाम से शादी मनाई गई जो आप समझ रसम है मेरा है।
مذہب کا حصہ نہیں ہے میری بات سنیں میرا خیال دیکھو آج تک نہ تو کسی مولوی نے یہ بتایا کہ یہ رسم ہے یا یہ مذہب میں شامل ہے آپ سے کیا سمجھتے کہ یہ رسم ہے جب تک ہمارے ملک کے جو علماء گرام ہیں وہ نہیں بتائیں گے کہ یہ مذہب میں شامل ہے یا رسم ہے پھر ہم کیا بتائیں گے وہ پوچھنا کس کی ذمہ داری ہے علماء سے بھائی یہ ہم سے جو کام کرواتے ہیں جی اس کا کیا کوئی وہ تو ہماری ہی ذمہ داری ہے لیکن اگر وہ بتائیں گے تو ہم کیسے بتائیں گے کہ یہ رسم ہے یا مذہب میں شامل ہے جو ہمارے ان کو جو ہمارے علماء کا نام ہے ان کو چاہیے کہ کسی جمعے کو تو پہلا چاہیے کہ اگر میرا چراغا آ رہا ہے تو جو چراغ ہے وہ رسم ہے کہ رسم ہے کہ مذہب میں شامل ہے چراغا تو یہ بھی ہوا یہ جو کام ہے ہم نے تو سنا اپنے بڑوں سے اپنے بزرگوں سے کہ جو ان کا مزار پہ ہم چراغ کرتے ہیں جمعے رات وہ یہ چراغ یہاں پہ کرتے ہیں ایک انہوں نے یعنی کہ ایک انہوں نے دائرہ کا بنا دیا ہے یہاں پہ آپ چراغ کرتے ہیں آپ یہاں پہ چراغ کرتے ہیں باقی صاحب دیکھنا کوئی ڈور بھی جا رہا ہے کوئی کچھ کر رہا ہے کہ ہم نے ایک محیط علاقے میں وہاں پہ آپ نے چراغ کرنے ہیں بالکل سر دس ہزار تو ایسے ہی ہے بالکل ایسے ہی ہے دس ہزار کا کوئی جو کچھ پتا نہیں ہوا تو پہلے آ گئی جب تک بابو بھی بتایا گا نہیں پھر بابو کیسا پتا چلے گا بابو کو دس ہزار کافی سالوں سے چلتا پیا چلتا رہنا ان شاء اللہ ہاں جی بس وہ بزرگ قبول کرتے ہیں اسی اتھے آنے ہاں یہ چھوٹا جا اسی کام کرنے ہاں یہ کہ مل جل کے اسی تھوڑی تھوڑی محبتیاں چلانے ہاں ایک بہت بڑا شمع روشن ہو جاتی ہے پاک محمد صلی اللہ علیہ وسلم کی شمع رسالت بن جاتی ہے ٹھیک
ਔਰ ਭਾਈ ਸਾਰਾ ਕੁਝ ਸਾਡਾ ਹੀ ਹੈ ਗਾਣਾ ਗਾਣਾ ਚਲੋ ਬਾਦਸ਼ਾਹ ਸਕੂਨ ਦੀ ਜ਼ਿੰਦਗੀ ਜੋ ਹੈ ਨਾ ਕੀ ਬਾਤ ਹੈ
اللہ پاک کا کرونا بھی نہیں شکر ہے، نہ کسی سے دعوت، نہ عشق واسطے اور سیوا کرنے واسطے آئے نا، دنیا بیٹھن دئیے، لنگر پکا دیو، دودھ پلاؤ، انہاں نوں حلوا کھواؤ، انہاں دی سیوا کرو، اے سرکار دے ویڑے دے مہمان آئے نے، سیوا کرو جی، یہ تو منتا یہ آپ پہ لوگ سوچ ہے بندے دی، لیکن ساری سوچ ہے کہ اتنے مالک بیٹھا جو کچھ کرنا وہ نہیں کرنا، کیوں زندگی بھی اندر کول ہے تو حیاتی بھی اندر کول، ٹھیک ہے، وہ جب مرنا ہے ادو ہی انہیں سوال جواب کرنا، جو جینا انہیں بھی کرنا، یہ تو انہیں دوست نے میرے سونے نبی دے مولا سرکار دے دوست نے، انہاں کمائیاں کیتیاں نے، محنت کیتیاں نے، انہاں نے اپنے دین نو چلایا، یعنی کہ تسی کبھی اتھے آ کے منت نہیں منگی، تسی بزرگ کوئی منت وغیرہ نہیں منگی، او تے منگی اسی اودے آسرے تے، اچھا اگوں انہوں نے ادھر رکھ کہ تسی کہہ جی کہ میں 20-25 سال ہو گئے، تے اس دے وچ جڑا ملا جے نہیں تے تبدیلی آ رہی ہے، پہلے نہ گھٹ رہا ودھ رہا، یہ ودھا ہی پیا جی، تھوڑا اندر دا ملا نا بیٹا، او ودھا بہت زیادہ ودھا، بہت ملا پا رہا سارے پورا کری جا رہے، جا باہر سسٹم ہے وہ اِسی نہیں جانے، نہ باہر وہ نہ باہر جانے، ایتھے رہنا ہے، ایتھے لگت دینا ہے، کھوانا ہے، سلام کرنا ہے، جاؤ بھائی بھائی آپ کیا کرتے ہیں، آپ کیا کرتے ہیں، فیمل آسپیکٹ چلو پوچھا تھی، فیمل ادھر لیاؤ گے تو ادھر لیاؤ گے، اچھا اچھا جہالت کتنی ہے بابا جی، جہالت کتنی ہے، جہالت بہت زیادہ ہے، جہالت بہت زیادہ ہے، جو جلال میں نہیں کرتا دسنا تو میں دسنا، جہالت بہت زیادہ ہے، بڑا پہلے میلے کا ایک بڑا ایک ارسا کا بڑا کردار دربار میامی رو میامی تو جلدی ہو سما گئی پاکستان بنیا یہی آ رہے ہیں کیونکہ علاقہ اپنا 60 سال میں پورا پاکستان پھریا پورے پاکستان
ਕਿ ਪਹਿਲੇ ਜਿਹੜੇ ਜਿਹੜੇ ਹੈਗੇ ਨਾ ਲੋਕੀ ਪੁਰਸ਼ਾਂ ਦੇ ਉੱਤੇ ਕਿਉਂ ਆਉਂਦੇ ਇਸ਼ਕ ਨਾਲ ਬੜੀਆਂ ਮੰਨਤਾਂ ਮੰਨਦੇ ਨੇ ਉਹਨਾਂ ਨੂੰ ਫੈਜ ਆਮ ਹੁੰਦਾ ਆਉਂਦੇ ਨੇ ਫੈਜ ਤੋਂ ਬਗੈਰ ਨਹੀਂ ਆਏ ਉਹ ਫੈਜ ਜਿਹੜਾ ਕਿਸੇ ਦੀ ਕਿਤਾਬ 'ਚ ਨਹੀਂ ਹੈਗਾ ਉਹ ਫੈਜ ਬਜ਼ੁਰਗਾਂ ਕੋਲ ਲੱਭਦਾ ਕਿ ਜਿਹੜਾ ਕਿਤਾਬ 'ਚ ਨਹੀਂ ਆਇਆ ਇਹ ਸੀਨਾ ਪਸੀਨਾ ਆਇਆ ਸੀਨਾ ਆਇਆ ਇਸ ਵਜ੍ਹਾ ਕਰਕੇ ਚਰਾਕ ਕਰ ਰਹੇ ਮਤਲਬ ਇਹ ਤੁਹਾਡਾ ਖਿਆਲ ਹੈ ਕਿ ਜਿਹੜੀਆਂ ਮੰਤਾਂ ਨੇ ਉਹ ਲੋਕਾਂ ਦੀਆਂ ਪੂਰੀਆਂ ਵੀ ਹੁੰਦੀਆਂ ਇਨਸ਼ਾ ਅੱਲਾਹ ਤੁਸੀਂ ਪਹਿਲੇ ਦਿਨ ਇਸ ਵਾਰ ਜਿਹੜਾ ਹੈਗਾ ਨਾ ਮੇਲੇ ਯੰਗਸ ਜਿਹੜੇ ਨੇ ਵੱਧ ਰਹੇ ਨੇ ਘੱਟ ਰਹੇ ਨੇ ਮੇਲੇ ਜੀ ਬਹੁਤ ਸਾਰਾ ਵੱਧ ਰਹੇ ਨੇ ਵੱਧ ਰਹੇ ਘੱਟ ਨਹੀਂ ਰਹੇ ਤੇ ਵੱਧ ਰਹਿਣ ਨੇ ਕਿਆਮਤ ਤੱਕ ਵੱਧਦੇ ਰਹਿਣੇ ਮੁਹਾਲਫ ਜਿਹੜੀ ਹੈ ਮੁਹਾਲਫ ਆਪਣੀ ਜਗ੍ਹਾ ਹੈ ਲੇਕਿਨ ਮੇਲਿਆਂ ਨੂੰ ਰੋਕ ਸਕਦਾ ਹਾਂਜੀ ਮੇਲਿਆਂ ਜਦੋਂ ਵੀ ਮੁਸੀਬਤ ਪੈਂਦੀ ਹੈ ਮੇਲਾ ਕੰਮ ਆਉਂਦਾ ਮੁਲਕ ਨੂੰ ਮੁਸੀਬਤ ਪਈ ਹੈ ਤੇ ਮੇਲੇ ਵਾਲੇ ਕੰਮ ਆਏ ਨੇ ਹਸਤੀਆਂ ਕੰਮ ਆਈਆਂ ਨੇ ਦੁਨੀਆਦਾਰ ਕੋਈ ਕੰਮ ਨਹੀਂ ਆਇਆ ਇੱਥੋਂ ਆ ਕੇ ਫਾਇਦੇ ਆਮ ਹੁੰਦੇ ਨੇ ਜਦੋਂ ਕਿਸੇ ਨੂੰ ਤਕਲੀਫ ਹੁੰਦੀ ਹੈ ਉਹ ਭੱਜਦਾ ਇਸ ਇੱਧਰਲੇ ਪਾਸੇ ਦੁਆਵਾਂ ਮੰਗਦੇ ਨੇ ਸਾਡੀ ਮਦਦ ਕਰੋ ਗ੍ਰਾਹਕਾਂ ਨਾਲ ਮਦਦ ਪਾਈ ਗ੍ਰਾਹਕਾਂ ਨਾਲ ਮਦਦ ਨਹੀਂ ਹੋਈ ਇੰਡੀਆ 'ਚ ਸ਼ਾਲਾਮਾਰ ਬਾਗ ਨਹੀਂ ਆਇਆ ਬੱਚਾ ਹੈ ਨਾ ਸਮਝਾ ਦੇ ਗੌਰ ਫਿਕਰ ਕਰਨਾ ਤੇ ਜੇ ਗੌਰ ਫਿਕਰ ਨਹੀਂ ਤੇ ਕਾਹਦੀ ਜਦੋਂ ਇੰਡੀਆ ਤੁਹਾਡਾ ਇੱਥੇ ਆ ਗਿਆ ਜੀ ਇੱਥੇ ਆ ਕੇ ਤੋਂ ਵਾਪਸ ਗਏ ਸੀ ਉਹਨਾਂ ਨੇ ਫਿਰ ਜਾ ਕੇ ਆਪਣੇ ਉੱਥੇ ਬਿਆਨ ਦਿੱਤਾ ਸੀ ਰੋੜਾ ਜਿਹੜਾ ਜਨਰਲ ਸੀ ਇੱਥੇ ਲੱਗਾ ਇਸ ਬਾਰਡਰ 'ਤੇ ਉਹਨੇ ਕਿਹਾ ਸੀ ਕਿ ਉੱਥੇ ਵਰਦੀਆਂ ਜਿਹੜੀਆਂ ਨਾ ਫੌਜ ਦੀਆਂ ਬਦਲੀਆਂ ਹੁੰਦੀਆਂ ਭਰੀਆਂ ਵਰਦੀਆਂ ਵਾਲੇ ਆ ਗਏ ਨੇ ਉਹਨੇ ਸਾਨੂੰ ਘੇਰਾ ਪਾ ਲਿਆ ਅਤੇ ਇਸ ਵਜ੍ਹਾ ਕਰਕੇ ਅਸੀਂ ਬੈਗ ਮਾਰਿਆ ਬੈਗ ਲਿਆ ਕੇ ਵਾਪਸ ਆ ਗਏ ਇਹ ਕਮਾਲ ਇਹਨਾਂ ਦਾ ਇਹ ਕਮਾਲ ਸਾਰਾ ਇਹਨਾਂ ਦਾ ਤੁਹਾਡਾ ਕਮਾਲ ਨਹੀਂ ਸਾਡਾ ਕਮਾਲ ਨਹੀਂ ਮੁਖਾਲਫ ਇਹਨਾਂ ਹਸਤੀਆਂ ਨੂੰ ਦੁਨੀਆਂ ਨੇ ਮੰਨਿਆ ਵਰਲਡ ਨੇ ਮੰਨਿਆ ਦਾਦਾ ਹਸਤੀ ਇਹ ਹਸਤੀ ਮਦਲਾਲ ਹੁਸੈਨ ਪੀਐਮਈ ਸਰਕਾਰ ਨੇ ਬਾਦਸ਼ਾਹੀ ਝੁਕੀਆਂ ਉੱਥੇ ਬਾਦਸ਼ਾਹੀ ਨੰਗੀ ਪੈਰੀ ਆਏ ਬਾਬਾ ਸ਼ਾਹ ਜਮਾਲ ਹੈ ਬਾਬਾ ਸ਼ਾਹ ਕਮਾਲ ਹਸਤੀਆਂ ਕੋਲ ਸਾਰੇ ਬੜਿਆ ਦੇ ਆਮ ਹੁੰਦਾ ਜਿਹੜਾ ਬੰਦਾ ਆਇਆ ਅੱਖੀ ਦੇ ਨਾਲ ਉਹਨੂੰ ਸ਼ਾਹ ਹੀ ਮਿਲੇਗਾ ਸਰਕਾਰੀ ਮੁਲਾਜ਼ਮ ਸਾਂ ਜਦੋਂ ਮੈਨੂੰ ਇਸ਼ਕ ਲੱਗਾ ਮੈਂ ਸਭ ਕੁਛ ਛੱਡਤਾ ਪੜ੍ਹਨ ਦੀ ਗੱਲ ਨਹੀਂ ਹੋ ਰਹੀ ਅੱਛਾ ਵੈਸੇ ਮੇਰੇ ਰੇਲਵੇ ਮੁਲਾਜ਼ਮ ਨਹੀਂ ਯਾਰ
ਰਿਸਰਚ ਇੰਸਟੀਚਿਊਟ ਰਿਸਰਚ ਇੰਸਟੀਚਿਊਟ ਚ ਕਿਹੜੇ ਰਿਸਰਚ ਕਿਹੜੀ ਰਿਸਰਚ ਹੁੰਦੀ ਹੈ ਜੀ ਮਨਾਵਾ ਰਿਸਰਚ ਕਿ ਰੋਡ ਰਿਸਰਚ ਜਾਨਵਰਾਂ ਦੀ ਰਿਸਰਚ ਮੁਰਗੀਖਾਨੇ ਹਾਂਜੀ ਹਾਂਜੀ ਕਈ ਰਿਸਰਚ ਹੁੰਦੀ ਹੈ ਮਨਾਵਾ ਵੀ ਕਰਦੇ ਨੇ ਮੁਰਗੀ ਲਾਈਫ ਸਟਾਕ ਲਾਈਫ ਸਟਾਕ ਬੜੀ ਮਿਹਰਬਾਨੀ ਬਜ਼ੁਰਗੋ ਤੁਸੀਂ ਬੋਲਦੇ ਪੂਰੀ ਮਾਲੂਮਾਤ ਕਿਤਾਬ ਦੇ ਵਿੱਚ ਤੁਹਾਨੂੰ ਜਿਹੜੀਆਂ ਪੁਰਾਣੀ ਕਿਤਾਬ ਹੈ ਨਾ ਪੁਰਾਣੀ ਉਹ ਜਿਹੜੀ ਤੁਹਾਡੇ ਚ ਕਿਤਾਬ ਹੈ ਉਹ ਸਾਡੇ ਕੋਲ ਨਹੀਂ ਹੈਗੀ ਮੈਂ ਤਾਂ ਪਹਿਲੇ ਅਰਜ਼ੀ ਕੀਤੀ ਹੈ ਜਰਾ ਮੇਰੇ ਦਿਲ ਦੀ ਗੱਲ ਹੋਰ ਮੈਂ ਪਹਿਲੇ ਅਰਜ਼ੀ ਕੀਤੀ ਹੈ ਜਿਹੜੀ ਇਹ ਕਿਤਾਬ ਹੈ ਨਾ ਉਹ ਸਾਡੇ ਕੋਲ ਨਹੀਂ ਦਰਵੇਸ਼ੀ ਜਿਹੜੀ ਲਾ ਤਲਕ ਇਹਦੇ ਹਰ ਸ਼ਾਹ ਤਾਬੇ ਆ ਇਹਦੇ ਹਰ ਸ਼ਾਹ ਤਾਬੇ ਆ ਫਕਰ ਕੁੱਲ ਜਹਾਨ ਦਾ ਆਸਰਾ ਹੈ ਫਕਰ ਨੂੰ ਕਿਸੇ ਦਾ ਆਸਰਾ ਨਹੀਂ ਅੱਲਾ ਤੋਂ ਸਵਾ ਫਕਰ ਨੂੰ ਕਿਸੇ ਦਾ ਕੋਈ ਆਸਰਾ ਯਾਰ ਬੋਤਲੀ ਤਿਆਰ
ਬਾਹਰ ਸੜਕ ਦੇ ਉੱਤੇ ਅੰਮ੍ਰਿਤਸਰ 35 ਮੀਲ ਮਿਲਣ ਦੀ ਜਗ੍ਹਾ ਹੈ ਨਾ ਮੇਲਾ ਇਹੋ ਹੁੰਦਾ ਉਹ ਬਾਰ ਸਾਹਿਬ ਦਾ ਨਹੀਂ ਜਾਂ ਲੱਗਦਾ ਮੇਲਾ ਉਹ ਵੀ ਬੜਾ ਛੋਟੇ ਪਿੱਛੇ ਛੋਟੇ ਭਾਈ ਪਿੱਛੇ ਲੱਗੋ ਚਲੋ ਭਾਈ।